ਸਿਖਲਾਈ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਆਦਰਸ਼ ਪਬਲਿਕ ਸਕੂਲ ਮੁਖਮੈਲਪੁਰ ਵਿਖੇ ਸਾਲਾਨਾ ਸੱਭਿਆਚਾਰ ਪ੍ਰੋਗਰਾਮ ਸਕੂਲ ਦੇ ਨਿਰਦੇਸ਼ਕ ਸ਼ਿੰਗਾਰ ਸਿੰਘ ਦੀ ਦੇਖਰੇਖ ਹੇਠ ਕਰਵਾਇਆ ਗਿਆ, ਜਿਸ ਦਾ ਉਦਘਾਟਨ ਮੱਖਣ ਸਿੰਘ ਲੁਬਾਣਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਸੱਭਿਆਚਾਰਕ ਗੀਤ, ਭੰਗੜਾ ਅਤੇ ਗਿੱਧਾ ਪੇਸ਼ ਕੀਤਾ। ਗੁਡ ਮਾਰਨਿੰਗ ਬੱਚੋ, ਸੀਟ ਡਾਊਨ। ਥੈਂਕ ਯੂ ਸਰ। ਸਭ ਬੱਚੇ ਆਪਣੀ ਸਾਇੰਸ ਦੀ ਬੁੱਕ ਓਪਨ ਕਰੋ, ਪੇਜ ਨੰਬਰ 42। ਯੇ ਜੋ ਪਿਕਚਰ ਦਿਖ ਰਹਾ ਹੈ ਉਸੇ ਕਿਆ ਕਹਤੇ ਹੈ, ਕੌਣ ਬਤਾਏਗਾ? ਸਰ, ਸਰ ਗੈਲੇਕਸੀ। ਵੈਰੀ ਗੁੱਡ ਅੰਜਲੀਕਾ। ਸਰ, ਆਪ ਮੁਝੇ ਦੂਸਰੀ ਵਾਲੀ ਸਾਇੰਸ ਬੁੱਕ ਦੇ ਦੀਜੀਏ, ਮੈਂ ਟੱਚ ਕਰਕੇ ਪਹਿਚਾਨ ਜਾਊਂਗੀ। ਟਿਫਨੀ, ਬ੍ਰੇਲ ਵਾਲੀ ਬੁੱਕ ਵੀ ਸਕੂਲ ਮੇਂ ਅਵੇਲੇਬਲ ਨਹੀਂ ਹੈ, ਜਬ ਆਏਗੀ ਤੋ ਮਿਲ ਜਾਏਗੀ। ਨੈਕਸਟ ਪਿਕਚਰ, ਯੇ ਜੋ ਸਬਸੇ ਬੜਾ ਪਲੈਨਟ ਹੈ ਉਸਕਾ ਕਿਆ ਨਾਮ ਹੈ? ਮੁਝੇ ਪਤਾ ਹੈ ਸਰ। ਹਰਸ਼ ਬੇਟਾ, ਤੁਮ ਬਤਾਓ। ਰੋਂਗ ਆਂਸਰ, ਔਰ ਕੋਈ? ਸਰ, ਟਿਫਨੀ, ਜਬ ਆਪਸੇ ਪੁੱਛਾ ਜਾਏ ਤਭੀ ਖੜੇ ਹੋਈਏ, ਨਾਉ ਸਿਟ ਡਾਊਨ। ਸੌਰੀ ਸਰ। ਪਲੀਜ਼ ਰਾਈਟ ਡਾਊਨ, ਇਸ ਪਲੈਨਟ ਕਾ ਨਾਮ ਹੈ? ਜੁਪੀਟਰ। ਜੁਪੀਟਰ। ਸੁਣੋ, ਕੱਲ ਤੁਹਾਡੀ ਛੁੱਟੀ ਹੈ, ਤੁਮ ਕਰ ਪਾਓ। ਅਰੇ ਕੈਸੇ ਜਾਓਗੇ ਪਿਕਨਿਕ ਪਰ, ਵਹਾਂ ਬਹੁਤ ਪੈਦਲ ਚੱਲਣਾ ਪੜੇਗਾ ਔਰ ਰਾਸਤਾ ਵੀ ਖਰਾਬ ਹੈ। ਔਰ ਪਾਪਾ ਵੀ ਕਾਰਗਿਲ ਮੇਂ ਡਿਊਟੀ ਕਰਤੇ ਹੈ, ਵੈਸੇ ਮੈਂ ਕੋਈ ਰਿਸਕ ਨਹੀਂ ਲੈ ਸਕਤਾ। ਪਰ ਸਰ, ਯਹਾਂ ਤਾਂ ਚੱਲਨੇ ਪਾ ਰਹੀ, ਵਹਾਂ ਜਾਏਗੀ ਪਿਕਨਿਕ ਪਰ ਪੂਰਾ ਮੂਡ ਖਰਾਬ ਕਰ ਦੇਗੀ। ਦੇਖੋ ਬੇਟਾ, ਪਹਿਲੇ ਬਿਨਾਂ ਸਾਰੇ ਕੇ ਚੱਲਣਾ ਸਿੱਖ ਲਓ, ਉਸਕੇ ਬਾਅਦ ਪਿਕਨਿਕ ਪੇ ਜਾਣਾ। ਮੈਂ ਤਾਂ ਹਮੇਸ਼ਾ ਕਹਿਤਾ ਹੂੰ ਕਿ ਤੁਮ ਜੈਸੇ ਲੋਕ ਇਸ ਦੁਨੀਆ ਮੇਂ ਬਿਨਾਂ ਸਾਰੇ ਕੁਛ ਨਹੀਂ ਕਰ ਸਕਤੇ। ਕਹਿੰਦੇ ਆ
ਜਿੰਦਰ ਸਿੰਘ ਮੋਜੀ ਦੀ ਰਿਪੋਰਟ।